ਟਿਊਸ਼ਨ ਫੰਡ ਅੱਜ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ ਜੀ, ਅਤੇ ਸੈਰ ਵੀ ਕਰਵਾਉਣੀ ਹੈ ਦ ਐਜ ਓਵਰਸੀਜ਼ ਐਜੂਕੇਸ਼ਨ ਕੰਸਲਟੈਂਟ ਦੀ। ਜੀ ਹਾਂ, ਜੋ ਕਿ ਮਾਹਿਰ ਨੇ ਪ੍ਰੀਤ ਵਿਹਾਰ ਧੂਰੇ ਵਿੱਚ ਵੀਜ਼ਾ ਲਗਾਉਣ ਦੇ ਕਿਹੜਾ ਵੀਜ਼ਾ ਜੀ, ਸਟੱਡੀ ਵੀਜ਼ਾ ਅਤੇ ਵਿਜ਼ਟਰ ਵੀਜ਼ਾ, ਬਟ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਐਕਸਪਰਟ ਆ ਇਹਨਾਂ ਨੇ, ਯਾਨੀ ਕਿ ਮਾਹਿਰਤਾ ਹਾਸਲ ਕੀਤੀ ਹੋਈ ਹੈ, ਨਾਲ ਦੀ ਨਾਲ ਜੀ ਸਕਸੈਸ ਰੇਟ ਕੀ ਹੈ, ਅਤੇ ਇਹਨਾਂ ਦੇ ਕਲਾਇੰਟਸ, ਇਹਨਾਂ ਦੇ ਸਟੂਡੈਂਟ ਵੀਜ਼ਾ ਵਾਲੇ ਸਟੂਡੈਂਟਸ ਦੀ ਕਿੰਨੀ ਕੁ ਜ਼ਿਆਦਾ ਖੁਸ਼ ਹੈ, ਇਹ ਤਾਂ ਅੰਦਰ ਚੱਲ ਕੇ ਯਾਨੀ ਕਿ ਇਹਨਾਂ ਦੀ ਸੈਰ ਕਰਕੇ ਪਤਾ ਲੱਗੇਗਾ। ਉਹ ਸਟੂਡੈਂਟਸ ਨੇ ਜਿਨ੍ਹਾਂ ਦੇ ਵੀਜ਼ੇ ਹੋ ਚੁੱਕੇ ਨੇ ਅਪਰੂਵਡ। ਜੀ ਹਾਂ, ਜਿਹੜੇ ਕਿ ਆਪਣੇ ਸੁਪਨੇ ਨੂੰ ਕਰ ਚੁੱਕੇ ਨੇ ਪੂਰਾ। ਪਰ ਜੇਕਰ ਤੁਸੀਂ ਵੀ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਮੈਂ ਕੀ ਮਿਸ ਕਰ ਰਹੀ ਹਾਂ, ਇੱਥੋਂ ਦੇ ਮੈਨੇਜਿੰਗ ਡਾਇਰੈਕਟਰ ਨਾਲ ਗੱਲਬਾਤ। ਜੀ ਹਾਂ, ਸਭ ਤੋਂ ਪਹਿਲਾਂ ਇੱਥੋਂ ਦੇ ਮੈਨੇਜਿੰਗ ਡਾਇਰੈਕਟਰ ਨਾਲ ਗੱਲਬਾਤ ਕਰਦੇ ਹਾਂ। ਮੇਰੇ ਬਹੁਤ ਸਾਰੇ ਕੁਐਸਚਨਸ ਨੇ ਜਿਨ੍ਹਾਂ ਦੇ ਆਨਸਰ ਸਿਰਫ ਉਹੀ ਦੇਣਗੇ। ਜੀ, ਜਦੋਂ ਵੀ ਅਸੀਂ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਕੋਲ ਜਾਂਦੇ ਹਾਂ, ਸਾਡੇ ਦਿਮਾਗ ਦੇ ਵਿੱਚ ਬਹੁਤ ਸਾਰੇ ਕੁਐਸਚਨਸ ਹੁੰਦੇ ਨੇ ਆਪਣੀ ਫਿਊਚਰ ਨੂੰ ਲੈ ਕੇ ਜੀ, ਜਿਸ ਕੰਟਰੀ ਦੇ ਵਿੱਚ ਜਾ ਰਹੇ ਹਾਂ ਉਸਦੇ ਰੂਲਸ ਐਂਡ ਰੈਗੂਲੇਸ਼ਨ ਨੂੰ ਲੈ ਕੇ, ਇਸ ਨੂੰ ਲੈ ਕੇ ਜੀ। ਦ ਐਜ ਦੇ ਮੈਨੇਜਿੰਗ ਡਾਇਰੈਕਟਰ ਸੁਖਵੀਰ ਸਿੰਘ ਜੀ ਢੀਂਡਸਾ ਜੀ ਮੇਰੇ ਨਾਲ ਜੁੜ ਚੁੱਕੇ ਨੇ, ਗੱਲਬਾਤ ਕਰਦੇ ਹਾਂ ਜੀ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰ, ਸਭ ਤੋਂ ਪਹਿਲਾਂ ਮੈਂ ਦ ਐਜ ਬਾਰੇ ਜਾਣਕਾਰੀ ਜਾਣਨਾ ਚਾਹਾਂਗੀ ਕਿ ਕਦੋਂ ਸਟਾਰਟ ਕੀਤਾ ਗਿਆ। ਮੈਮ, ਦ ਐਜ ਓਵਰਸੀਜ਼ ਕੰਸਲਟੈਂਟਸ ਜਸਟ ਅਸੀਂ ਇਸਟੈਬਲਿਸ਼ ਕੀਤੀ ਸੀਗੀ 2009 ਦੇ ਵਿੱਚ, ਅਤੇ ਉਦੋਂ ਤੋਂ ਲੈ ਕੇ ਅਸੀਂ ਸਟੱਡੀ ਵੀਜ਼ਾ ਐਂਡ ਵਿਜ਼ਟਰ ਵੀਜ਼ਾ ਦੇ ਵਿੱਚ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਜੀ। ਅਤੇ ਕਿਹੜੀ ਕਿਹੜੀ ਕੰਟਰੀ ਦੇ ਨਾਲ ਤੁਹਾਡੇ ਟਾਈ ਅਪਸ ਨੇ? ਮੈਮ, ਅਸੀਂ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਸਾਊਥ ਕੋਰੀਆ, ਦੁਬਈ, ਲਾਈਕ ਇਹ ਮੇਨ ਕੰਟਰੀਜ਼ ਜਿਨ੍ਹਾਂ ਵਿੱਚ ਅਸੀਂ ਸਟੱਡੀ ਵੀਜ਼ਾ ਨੂੰ ਲੈ ਕੇ ਡੀਲ ਕਰ ਰਹੇ। ਮੈਮ, ਰੀਸੈਂਟਲੀ ਕੈਨੇਡਾ ਦਾ ਟ੍ਰੈਂਡ ਚੱਲ ਰਿਹਾ ਹੈਗਾ, ਅਤੇ ਉਹ ਜਸਟ ਸਭ ਨੂੰ ਹੁੰਦਾ ਕੈਨੇਡਾ ਕੈਨੇਡਾ, ਜਸਟ ਮਾਰਕੀਟ 'ਚ ਇੱਕੋ ਨਾਮ ਬੋਲ ਰਹੇ। ਮੈਮ, ਅਸੀਂ ਲਾਸਟ ਜੋ ਵੀ ਸਟਾਰਟਿੰਗ ਕੀਤੀ ਉਹ ਨਿਊਜ਼ੀਲੈਂਡ ਤੋਂ ਕੀਤੀ ਹੋਈ ਹੈ, ਠੀਕ ਹੈ ਜੀ। ਐਕਸਪੈਕਟੇਸ਼ਨ ਸਾਡੀਆਂ ਨਿਊਜ਼ੀਲੈਂਡ 'ਤੇ ਸੀਗੀਆਂ, ਬਟ ਹੁਣ ਕੈਨੇਡਾ ਚੱਲ ਰਿਹਾ ਹੈਗਾ, ਸੋ ਸਾਡੇ ਕੋਲ ਕੈਨੇਡਾ ਦਾ ਪ੍ਰੋਡਕਟ ਵੀ ਹੈਗਾ ਗਾ, ਨਿਊਜ਼ੀਲੈਂਡ ਵੀ, ਆਸਟ੍ਰੇਲੀਆ ਵੀ। ਮੈਮ, ਅਸੀਂ ਤਿੰਨੋਂ ਕੰਟਰੀ ਨੂੰ ਪੈਰਲਰ ਲੈ ਕੇ ਚੱਲ ਰਹੇ ਹਾਂਗੇ। ਕੈਨੇਡਾ ਬੜਾ ਸਮੂਥਲੀ ਚੱਲ ਰਿਹਾ ਸੀਗਾ ਲਾਸਟ ਈਅਰ ਤੋਂ, ਜਸਟ ਹੁਣ ਥੋੜ੍ਹੇ ਜਿਹੇ ਚੇਂਜਸ ਆਈਆਂ, ਲਾਈਕ 12th ਪਾਸ ਆਊਟ ਬੱਚਾ 6.5 ਬੈਂਡ ਇਹਨਾਂ ਨੇ ਕੀਤੇ ਹੈਗੇ, ਨੋਟ ਲੈਸ ਦੈਨ 6, ਲਾਈਕ ਅਕੈਡਮਿਕ ਪ੍ਰੋਫਾਈਲ ਹੈਗਾ ਜਿਹੜਾ ਉਹ ਵੀ ਬੱਚੇ ਦਾ ਸਟਰੋਂਗ ਹੋਣਾ ਚਾਹੀਦਾ ਜੀ, 60+ ਮਾਰਕਸ ਹੋਣੇ ਚਾਹੀਦੇ ਆ। ਮੈਮ, 12th ਨੂੰ ਲੈ ਕੇ ਚਾਹੇ ਬੈਚੁਲਰ ਕੀਤੀ ਹੈਗੀ, ਅਤੇ ਉਹਨਾਂ ਦੀ ਪੋਜ਼ਿਟਿਵ ਪ੍ਰੋਫਾਈਲ ਆ, ਅਤੇ ਆਪਣਾ ਕੇਸ ਜੋ ਵੀ ਹੈਗਾ SDS ਦੇ ਅੰਡਰ ਆਪਾਂ ਥਰੂ ਅਪਲਾਈ ਕਰ ਸਕਦੇ ਹਾਂਗੇ। ਅੱਗੇ ਸਰ, ਅੱਜ ਕੱਲ੍ਹ ਬੜੀ ਜ਼ਿਆਦਾ ਅਫਵਾਹ ਫੈਲੀ ਹੋਈ ਹੈ ਸਕੂਲਿੰਗ ਵੀਜ਼ਾ ਦੀ, ਕਿ ਉਹਦੇ ਬਾਰੇ ਜਾਣਨਾ ਪਾਓ ਕਿ ਸਕੂਲਿੰਗ ਵੀਜ਼ਾ ਵੀ ਅਸੀਂ ਅਪਲਾਈ ਕਰ ਸਕਦੇ ਹਾਂ ਕਿ ਜਿਹੜਾ ਬੱਚਾ ਸਟੱਡੀ ਕਰ ਰਿਹਾ ਕਿ ਨਾਲ ਦੀ ਨਾਲ ਜਿਹੜੇ ਕਿ ਪਲੱਸ ਟੂ ਤੋਂ ਨੀਚੇ ਨੀਚੇ? ਨਹੀਂ ਮੈਮ, ਦੇਖੋ ਸਟੱਡੀ ਵੀਜ਼ਾ ਦਾ ਕੀ ਹੈ, ਮੈਮ ਲਾਸਟ 2 ਈਅਰਸ ਤੋਂ ਅਸੀਂ ਵੀ ਦੇਖ ਰਹੇ ਹਾਂ, ਸਾਡੇ ਖੁਦ ਮੇਰੇ ਬਹੁਤ ਫਰੈਂਡਸ ਆਉਂਦੇ ਆ, ਹੈ ਨਾ, ਲਾਈਕ ਉਹ ਕਹਿੰਦੇ ਜੀ ਸਾਨੂੰ ਪਟਿਆਲੇ ਤੋਂ ਕਾਲਜ ਆ ਰਹੀਆਂ ਇੱਥੋਂ ਸਕੂਲਿੰਗ ਵੀਜ਼ਾ ਨੂੰ ਲੈ ਕੇ। ਮੈਮ, ਮੈਂ ਖੁਦ 15-20 ਕਲਾਇੰਟਸ ਨੂੰ ਮਿਲ ਚੁੱਕਿਆ ਜਿਨ੍ਹਾਂ ਨਾਲ ਫਰੋਡ ਹੋਇਆ, ਜਸਟ ਫੰਡਿੰਗ ਨੂੰ ਲੈ ਕੇ। ਹੋਰ ਮੈਂ ਹਾਲ ਤੱਕ, ਮੈਮ ਸਾਨੂੰ 5-6 ਸਾਲ ਹੋ ਗਏ ਕੰਮ ਕਰਦੇ, ਮੈਂ ਸਕੂਲਿੰਗ ਵੀਜ਼ੇ 'ਤੇ ਕੋਈ ਨਹੀਂ ਦੇਖਿਆ ਜਾਂਦਾ। ਸਕੂਲਿੰਗ ਵੀਜ਼ਾ ਕੁਛ ਨਹੀਂ ਮੈਮ ਹੈਗਾ, ਜਸਟ ਫਰੋਡ ਆ, ਉਹ ਫੀਸ ਲੈ ਲੈਂਦੇ ਹੈਗੇ, ਉਸ ਤੋਂ ਬਾਅਦ ਡਿਕਲਾਈਨ ਹੈਗਾ। ਅਸੀਂ ਕੀ ਰੀਸੈਂਟਲੀ ਇੱਦਾਂ ਦੇ ਕੋਈ ਵੀਜ਼ਾ ਹੈਗੇ ਨੇ ਜਿਹੜੇ ਮਤਲਬ ਤੁਸੀਂ ਲਗਵਾਏ ਨੇ, ਅਸੀਂ ਤੁਹਾਡੇ ਰਿਜ਼ਲਟ 'ਤੇ ਇੱਕ ਵਾਰੀ ਨਜ਼ਰ ਮਾਰਨਾ? ਹਾਂਜੀ ਸ਼ੋ ਮੈਮ, ਮੈਮ ਸਾਡੇ ਲਾਈਕ ਕੱਲ੍ਹ ਵੀ ਵੀਜ਼ਾ ਇਸ਼ੂ ਹੋਇਆ, 10 ਵੀਜ਼ਾ ਸਾਡੇ ਕੈਨੇਡਾ ਦੇ ਆਇਆ, ਅਤੇ 2 ਵੀਜ਼ਾ ਸਾਡੇ ਨਿਊਜ਼ੀਲੈਂਡ ਦੇ ਵੀ ਅਪਰੂਵ ਹੋਇਆ, ਅਤੇ ਆਸਟ੍ਰੇਲੀਆ ਵਿਜ਼ਟਰ ਵੀਜ਼ਾ। ਸੋ ਕੁਛ ਕੁ ਸਾਡੇ ਕਲਾਇੰਟਸ ਅੱਜ ਵੀ ਜੋ ਵੀਜ਼ਾ ਸਾਡੇ ਲੈਣ ਆਇਆ ਗੇ, ਤੁਸੀਂ ਉਹਨਾਂ ਨਾਲ ਵੀ ਮੁਲਾਕਾਤ ਕਰ ਸਕਦੇ ਹੋ ਨੀਚੇ, ਬਾਕੀ ਤੁਸੀਂ ਸਾਡੀ ਗੈਲਰੀ ਚੈੱਕ ਕਰ ਸਕਦੇ ਹੋ, ਫੋਟੋ ਗੈਲਰੀ, ਜੋ ਵੀਜ਼ਾ ਇਸ਼ੂ ਹੋਇਆ ਤੁਸੀਂ ਉਹ 'ਤੇ ਵੀ ਇੱਕ ਵਾਰ ਝਾਤ ਮਾਰ ਲਓ, ਤੁਹਾਨੂੰ ਆਪਣੇ ਪਤਾ ਲੱਗ ਜਾਣ। ਗੁਰਪ੍ਰੀਤ ਸਿੰਘ ਮੇਰਾ ਨਾਂ ਜੀ, ਗੁਰੂ ਤੇਗ ਬਹਾਦਰ ਨਗਰ ਰਹਿਣ ਵਾਲਾ, ਔਰ ਬਹੁਤ ਵਧੀਆ ਸਰਵਿਸ ਆ ਜੀ। 1 ਮਹੀਨੇ ਦੇ ਅੰਦਰ ਅੰਦਰ ਮੇਰਾ ਵੀਜ਼ਾ ਲੱਗ ਗਿਆ, ਕੋਈ ਚੱਕਰ ਨਹੀਂ ਲਵਾਇਆ, ਕਿਤੇ ਫਾਲਤੂ ਜਾਣਾ ਨਹੀਂ ਪਿਆ ਜੀ, ਬਹੁਤ ਸੋਹਣੀ ਸਰਵਿਸ ਆ। ਮੇਰਾ ਨਾਮ ਨਤਰ ਸਿੰਘ ਹੈ ਜੀ, ਮੈਂ ਪਿੰਡ ਖੇੜੀ ਚੰਦ ਰਹਿਣ ਵਾਲਾ ਜੀ। ਸਾਡੇ 2 ਵੀਜ਼ੇ ਲੱਗੇ ਨੇ ਜੀ, ਮੇਰੇ ਘਰ ਵਾਲੇ ਦੇ ਅਤੇ ਮੇਰੇ ਭਰਾ ਨੇ ਬਾਹਰੋਂ ਕਾਗਜ਼ ਭੇਜੇ ਤੇ ਜੀ। ਮੈਨੂੰ ਇਸ ਗਰੁੱਪ ਨੇ ਜੀ ਬਹੁਤ ਆਸਾਨੀ ਨਾਲ ਵੀਜ਼ਾ ਲਵਾਤਾ ਜੀ, 1 ਮਹੀਨੇ ਦੇ ਅੰਦਰ ਮੇਰਾ ਵੀਜ਼ਾ ਲੱਗ ਕੇ ਹੈਗਾ ਜੀ, ਦੋਨੋਂ ਵੀਜ਼ੇ ਮੇਰੇ ਸਾਥ ਮਿਲ ਗਏ ਜੀ ਮੈਨੂੰ। ਮੈਂ ਸੁਖਵਿੰਦਰ ਸਿੰਘ ਬਾਵਾ, ਜੋ ਕਿ ਧੂਰੀ ਦੇ ਰਹਿਣ ਵਾਲਾ ਹਾਂ। ਮੇਰਾ ਬੇਟਾ ਉਪਿੰਦਰ ਧਮਾਨ, ਜੋ ਕਿ ਆਸਟ੍ਰੇਲੀਆ ਵਿੱਚ ਸਟੱਡੀ ਕਰ ਰਿਹਾ ਹੈ, ਜਿਨ੍ਹਾਂ ਦੇ ਜੋ ਜਗਸੀਰ ਸਿੰਘ ਜੱਗੀ ਗੁੱਡ ਕੰਸਲਟੈਂਟ ਹਨ, ਜਿਨ੍ਹਾਂ ਦੀ ਸਦਕਾ ਜੋ ਮੇਰਾ ਬੇਟਾ ਆਸਟ੍ਰੇਲੀਆ ਵਿੱਚ ਵਧੀਆ ਤਰੀਕੇ ਨਾਲ ਸਟੱਡੀ ਕਰ ਰਿਹਾ। ਉਸ ਤੋਂ ਬਾਅਦ
ਮੇਰਾ ਵੀ ਵੀਜ਼ਾ ਇਹਨਾਂ ਨੇ ਵਧੀਆ ਤਰੀਕੇ ਨਾਲ ਲਵਾਇਆ ਅਤੇ ਮੈਂ ਵੀ ਉਸ ਤੋਂ ਆਸਟ੍ਰੇਲੀਆ ਜਾ ਕੇ ਆਇਆ। ਮੈਨੂੰ ਬਹੁਤ ਵਧੀਆ ਲੱਗਿਆ, ਮੈਨੂੰ ਮਾਣ ਹੈ ਇਹਨਾਂ ਦੇ ਉੱਤੇ। ਅਤੇ ਅੱਗੇ ਤੋਂ ਉਸ ਤੋਂ ਬਾਅਦ ਮੇਰੀ ਮੈਸੇਜ 'ਤੇ ਮੈਂ ਦੁਬਾਰੇ ਫਿਰ ਆਸਟ੍ਰੇਲੀਆ ਦਾ ਦੌਰਾ ਸਾਨੂੰ ਕਰਨ ਨੂੰ ਮਿਲਿਆ। ਸਾਨੂੰ ਬਹੁਤ ਵਧੀਆ ਲੱਗਿਆ, ਇਹਨਾਂ ਦੀ ਮਿਹਨਤ ਸਦਕਾ ਸਾਨੂੰ ਅੱਜ ਆਸਟ੍ਰੇਲੀਆ ਵੀ ਦੇਖਣ ਨੂੰ ਮਿਲਿਆ। ਅਤੇ ਜੋ ਕਿ ਸਭ ਨੂੰ ਵਧੀਆ ਇਮਾਨਦਾਰ ਵਿਅਕਤੀ ਹਨ, ਜਿਨ੍ਹਾਂ ਦੇ ਕਾਰਨ ਅੱਜ ਇਹਨਾਂ ਦਾ ਧੂਰੀ ਦੇ ਵਿੱਚ, ਧੂਰੀ ਆਲੇ ਦੁਆਲੇ ਇਲਾਕੇ ਦੇ ਵਿੱਚ ਵਧੀਆ ਨਾਮ ਹੈ। ਅੱਜ ਜੱਗੇ ਜਗਸੀਰ ਸਿੰਘ ਜੱਗੀ ਢੀਂਡਸਾ ਜੋ ਕਿ ਆਲ ਵਰਲਡ ਵਿੱਚ ਮੈਂ ਤਾਂ ਕਹਿੰਦਾ ਸਾਰੇ ਪਾਸੇ ਮਸ਼ਹੂਰ ਹੋਏ ਹਨ। ਇਹਨਾਂ ਨੇ ਤਾਂ ਆਪਣੀ ਸਕਸੈਸ ਸਟੋਰੀ ਜਗ ਜ਼ਾਹਰ ਕਰ ਦਿੱਤੀ, ਕਿਉਂ ਨਾ ਅਸੀਂ ਵੀ ਇਹਨਾਂ ਨੂੰ ਅਵਾਰਡ ਦੇ ਕੇ ਇਹਨਾਂ ਨੂੰ ਵੀ ਜਗ ਜ਼ਾਹਰ ਕਰੀਏ।